ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਸਵਰਨ ਸਿੰਘ ਟੈਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਅੱਜ ਪੰਜਾਬ ਦੇ ਵਿੱਚ ਮੌਸਮ ਬੜਾ ਸੋਹਣਾ ਰਿਹਾ। ਦਿਨ ਦੇ ਵੇਲੇ ਸੋਹਣੀ ਧੁੱਪ ਨਿਕਲੀ ਹੈ, ਸਵੇਰ ਦੇ ਵੇਲੇ ਥੋੜ੍ਹੀ ਜਿਹੀ ਠੰਡ ਸੀ, ਥੋੜ੍ਹੀ ਜਿਹੀ ਧੁੰਦ ਵੀ ਸੀ, ਪਰ ਰਾਤ ਦੇ ਵੇਲੇ ਥੋੜ੍ਹੀ ਜਿਹੀ ਠੰਡ ਵੱਧ ਮਹਿਸੂਸ ਕੀਤੀ ਗਈ ਹੈ। ਮੌਸਮ ਵਿਭਾਗ ਦੇ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਇਸੇ ਤਰੀਕੇ ਨਾਲ ਸਾਫ ਰਹਿਣਾ। ਰਾਤ ਦੇ ਵੇਲੇ ਅਤੇ ਸਵੇਰ ਦੇ ਵੇਲੇ ਠੰਡ ਰਹੂਗੀ, ਦਿਨ ਦੇ ਵੇਲੇ ਧੁੱਪ ਥੋੜ੍ਹੀ ਜਿਹੀ ਹੋਰ ਤਿੱਖੀ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਪਰ ਇੱਕ ਜਾਣਕਾਰੀ ਹੋਰ ਪ੍ਰਾਪਤ ਹੋਈ ਹੈ ਕਿ ਪਹਾੜੀ ਖੇਤਰਾਂ ਦੇ ਵੱਲ ਬਰਫ਼ ਹੋਰ ਪੈਣ ਦੀ ਸੰਭਾਵਨਾ, ਪਹਾੜੀ ਖੇਤਰਾਂ ਦੇ ਵੱਲ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਅਤੇ ਜੇਕਰ ਪਹਾੜੀ ਖੇਤਰਾਂ ਦੇ ਵਿੱਚ ਇਹ ਸਭ ਕੁਝ ਹੁੰਦਾ ਤਾਂ ਉਹਦਾ ਮੈਦਾਨੀ ਖੇਤਰ ਦੇ ਉੱਤੇ ਅਸਰ ਹੋਣਾ ਕੁਦਰਤੀ ਹੈ। ਸੋ ਆਉਣ ਵਾਲੇ ਘੰਟੇ ਦੱਸਣਗੇ ਕਿ ਸੱਚੀ ਮੁੱਚੀ ਇੱਥੇ ਮੌਸਮ ਸਾਫ਼ ਰਹਿੰਦਾ ਹੈ ਜਾਂ ਫਿਰ ਬੱਦਲਵਾਈ ਅਤੇ ਜਾਂ ਫਿਰ ਧੁੰਦ ਦੇ ਵਿੱਚ ਵਾਧਾ ਹੁੰਦਾ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਹਾਂ ਤਾਂ ਉਹ ਦਿੱਲੀ ਦੀ ਜਿੱਤ ਦੇ ਨਾਲ ਜੁੜੀ ਹੋਈ ਹੈ। ਦਿੱਲੀ ਦੇ ਵਿੱਚ ਜਿੱਤ ਦੀ ਸੰਭਾਵਨਾ ਬਹੁਤ ਵੱਡੇ ਪੱਧਰ ਦੇ ਉੱਤੇ ਸੀ ਕਿ ਆਮ ਆਦਮੀ ਪਾਰਟੀ ਨੇ ਜਿੱਤ ਹੀ ਜਾਣਾ, ਪਰ ਜਿਸ ਤਰੀਕੇ ਦੇ ਨਾਲ ਵਿਚਾਲੇ ਕਈ ਕਿਸਮ ਦੀਆਂ ਘੁੰਡੀਆਂ ਪਈਆਂ ਸੀ, ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਨੇਤਾ ਵਾਰ ਵਾਰ ਜ਼ੋਰ ਦੇ ਕੇ ਇਹ ਗੱਲ ਕਹਿੰਦੇ ਸੀ ਬਈ ਜਿੱਤ ਤਾਂ ਸਾਡੇ ਹਿੱਸੇ ਦੇ ਵਿੱਚ ਹੀ ਆਉਣੀ ਹੈ, ਸਾਨੂੰ ਪਤਾ ਕਿ 48 ਸੀਟਾਂ ਤਾਂ ਵੱਟ ਦੇ ਉੱਤੇ ਪਈਆਂ। ਮਨੋਜ ਤਿਵਾੜੀ ਹੋਰਾਂ ਨੇ ਤਾਂ ਵੋਟਾਂ ਪੈਣ ਤੋਂ ਤੁਰੰਤ ਬਾਅਦ ਇਹ ਗੱਲ ਕਹਿ ਦਿੱਤੀ ਸੀ ਕਿ ਐਗਜ਼ਿਟ ਪੋਲ ਦੇ ਨਤੀਜੇ ਛੱਡੋ, ਐਗਜ਼ਿਟ ਪੋਲ ਜਦੋਂ ਦੇਖੋਗੇ ਤੁਸੀਂ ਹੈਰਾਨ ਰਹਿ ਜਾਣਾ, ਤੁਹਾਡਾ ਤਰਾਹ ਨਿਕਲ ਜਾਣਾ। ਉਸ ਤੋਂ ਬਾਅਦ ਸੰਜੇ ਸਿੰਘ ਨੇ ਅਤੇ ਕਈਆਂ ਹੋਰਨਾਂ ਨੇ ਗੱਲ ਕਹੀ ਸੀ ਵੀ ਵਿਚਾਲੇ ਇਹਨਾਂ ਦੇ ਕੋਲੇ ਕੋਈ ਗਿੱਦੜ ਸਿੰਘੀ ਨਾ ਹੋਵੇ ਕਿ ਸਾਡਾ ਨੁਕਸਾਨ ਹੋ ਜਾਵੇ, ਪਰ ਅੱਜ ਨੁਕਸਾਨ ਹੋਇਆ ਨਹੀਂ। 62 ਸੀਟਾਂ ਜਿਹੜੀਆਂ ਉਹ ਝੋਲੀ ਦੇ ਵਿੱਚ ਪੈ ਗਈਆਂ ਆਮ ਆਦਮੀ ਪਾਰਟੀ ਦੇ, ਅਤੇ ਬਾਕੀ ਸੀਟਾਂ ਪਈਆਂ ਝੋਲੀ ਦੇ ਵਿੱਚ ਭਾਜਪਾ ਦੇ, ਅਤੇ ਕਾਂਗਰਸ ਦੀ ਝੋਲੀ ਦੇ ਵਿੱਚ ਪਈ ਹੈ ਜ਼ੀਰੋ। ਕਾਂਗਰਸ ਨੇ ਪਿਛਲੀ ਵਾਰ ਵੀ ਜ਼ੀਰੋ ਦਾ ਅੰਕੜਾ ਹੀ ਹਾਸਲ ਕੀਤਾ ਅਤੇ ਜ਼ੀਰੋ ਤੋਂ ਥੱਲੇ ਕੋਈ ਅੰਕ ਬਣਿਆ ਨਹੀਂ, ਤਾਂ ਉਹਨਾਂ ਦੇ ਕੋਲ ਸ਼ਾਇਦ ਉਹ ਵੀ ਆ ਜਾਂਦਾ। ਪਰ ਕਾਂਗਰਸੀ ਇਸ ਗੱਲ ਦੇ ਵਿੱਚ ਹੀ ਬੇਹੱਦ ਖੁਸ਼ ਹੈ ਕਿ ਸਾਨੂੰ ਜ਼ੀਰੋ ਮਿਲ ਗਈ ਹੈ, ਚਲੋ ਅਸੀਂ ਭਾਜਪਾ ਨੂੰ ਹਰਾਉਣ ਦੇ ਵਿੱਚ ਤਾਂ ਕਾਮਯਾਬ ਹੋਏ ਹਾਂ। ਇਸ ਵਕਤ ਬੀਜੇਪੀ ਦੀ ਕਾਫੀ ਹਾਲਤ ਮੰਦੜੀ ਹੈ। ਹੁਣ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਵੱਲੋਂ ਵਧਾਈ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਜੀ ਕਿ ਕੇਜਰੀਵਾਲ ਦਾ ਬਹੁਤ ਬਹੁਤ ਅਸੀਂ ਧੰਨਵਾਦ ਵੀ ਕਰਦੇ ਹਾਂ, ਉਹਨਾਂ ਨੇ ਦਿੱਲੀ ਨੂੰ ਸੰਭਾਲਣਾ ਅਤੇ ਕੇਜਰੀਵਾਲ ਨੂੰ ਅਸੀਂ ਵਧਾਈ ਵੀ ਦਿੰਦੇ ਹਾਂ। ਦੂਜੀ ਗੱਲ ਇਹ ਹੈ ਜੀ ਕਿ ਇਸ ਵਕਤ ਭਾਜਪਾ ਦੇ ਜਿੰਨੇ ਵੀ ਨੇਤਾ ਉਹ ਸਾਰੇ ਚਿੰਤਨ ਦੇ ਵਿੱਚ ਲੱਗੇ ਹੋਏ ਆ ਵੀ ਇੰਨਾ ਕੁਝ ਕਰਨ ਦੇ ਬਾਵਜੂਦ, ਇੰਨੀਆਂ ਛੁਰਲੀਆਂ ਛੱਡਣ ਦੇ ਬਾਵਜੂਦ, ਇੰਨੇ ਬਿਆਨ ਦਾਗਣ ਦੇ ਬਾਵਜੂਦ, ਜੇਕਰ ਆਪਣਾ ਆਹ ਹਾਲ ਹੈ ਅਤੇ ਜੇਕਰ ਆਪਾਂ ਬਿਆਨ ਨਾ ਦਾਗਦੇ ਫਿਰ ਸਾਡਾ ਕੀ ਹਾਲ ਹੁੰਦਾ। ਪਰ ਜਿਹੜੇ ਸੂਝਵਾਨ ਲੋਕ ਆ ਉਹ ਇਹ ਗੱਲ ਕਹਿੰਦੇ ਆ ਕਿ ਬੀਜੇਪੀ ਨੂੰ ਨਫ਼ਰਤ ਦੀ ਰਾਜਨੀਤੀ ਛੱਡ ਕੇ ਉਸਾਰੂ ਗੱਲਾਂ ਕਰਨੀਆਂ ਪੈਣਗੀਆਂ ਆਉਂਦੇ ਸਮੇਂ ਦੇ ਵਿੱਚ। ਆਉਂਦੇ ਕੁਝ ਕੁ ਮਹੀਨਿਆਂ ਬਾਅਦ ਬਿਹਾਰ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ, ਬੀਜੇਪੀ ਇਸ ਹਾਰ ਤੋਂ ਬਾਅਦ ਕੋਈ ਸਬਕ ਸਿੱਖੂ ਜਾਂ ਫਿਰ ਨਹੀਂ, ਇਹ ਵੀ ਸਭ ਤੋਂ ਵੱਡੀ ਸੋਚਣ ਵਾਲੀ ਗੱਲ ਹੈ। ਪਰ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਜਿੱਤ ਦਾ ਝੰਡਾ ਕੱਢਿਆ, ਜਿਸ ਤਰੀਕੇ ਨਾਲ ਤੀਜੀ ਵਾਰ ਲਗਾਤਾਰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਬਣ ਚੁੱਕੇ ਆ ਕਿਉਂਕਿ ਉਹਨਾਂ ਨੇ ਹੁਣ ਤੀਜੀ ਵਾਰ ਹਲਫ ਲੈ ਲੈਣਾ ਉਹਦੇ ਦਿਨਾਂ ਦੇ ਵਿੱਚ, ਤਾਂ ਇੱਕ ਗੱਲ ਜ਼ਰੂਰ ਸੋਚਣੀ ਬਣਦੀ ਹੈ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 5 ਵਾਰ ਮੁੱਖ ਮੰਤਰੀ ਰਹਿਣ ਕਰਕੇ ਇਹ ਗੱਲ ਕਹਿੰਦੇ ਕਿ ਬਹੁਤ ਵੱਡੀ ਪ੍ਰਾਪਤੀ ਆ। ਹੁਣ ਬੇਸ਼ੱਕ ਉਹ ਸਾਬਕਾ ਹੋ ਚੁੱਕੇ ਆ, ਉਹ ਉਮਰ ਦੇ ਇਸ ਪੜਾਅ ਦੇ ਉੱਤੇ 5 ਵਾਰ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ ਕਰ ਚੁੱਕੇ ਆ, ਪਰ ਕੇਜਰੀਵਾਲ ਦੀ ਉਮਰ ਉਹਨਾਂ ਦੇ ਨਾਲੋਂ ਅੱਧੀ ਮੰਨੀ ਜਾਂਦੀ ਹੈ। ਅਤੇ ਜੇਕਰ ਉਹ ਇੰਨੇ ਥੋੜ੍ਹੇ ਸਮੇਂ ਦੇ ਵਿੱਚ 3 ਵਾਰ ਮੁੱਖ ਮੰਤਰੀ ਬਣ ਗਏ ਆ, ਤਾਂ ਇਹ ਜ਼ਰੂਰ ਸੋਚਣਾ ਬਣਦਾ ਕਿ ਕਿਤੇ ਇਹ ਅੰਕੜਾ ਛੇਤੀ ਉਹ ਪਾਰ ਨਾ ਕਰ ਲੈਣ ਆਉਂਦੇ ਵਰ੍ਹਿਆਂ ਦੇ ਵਿੱਚ, ਜੇਕਰ ਕੇਜਰੀਵਾਲ ਅਤੇ ਉਹਨਾਂ ਦੀ ਸਰਕਾਰ ਸਹੀ ਤਰੀਕੇ ਨਾਲ ਕੰਮ ਕਰਦੀ ਰਹੀ ਤਾਂ। ਪਰ ਅੱਜ ਮਨੀਸ਼ ਸਿਸੋਦੀਆ ਹਾਰਦੇ ਬਚੇ ਆ। ਆਖਰੀ ਗੇੜ ਤੱਕ ਮਨੀਸ਼ ਸਿਸੋਦੀਆ ਕਦੇ 2500 ਵੋਟ ਦੇ ਨਾਲ, ਕਦੇ 1300 ਵੋਟ ਦੇ ਨਾਲ, ਕਦੇ 1500 ਵੋਟ ਦੇ ਫਰਕ ਦੇ ਨਾਲ ਪਿੱਛੇ ਸੀਗੇ। ਪਰ ਐਨ ਮੌਕੇ ਦੇ ਉੱਤੇ ਜਾ ਕੇ ਉਹਨਾਂ ਨੇ ਵੀ ਭੁਆਂਟਣੀ ਦਿੱਤੀ ਹੈ ਬੀਜੇਪੀ ਦੇ ਉਮੀਦਵਾਰ ਨੂੰ, ਅਤੇ ਉਹ ਵੀ ਜਿੱਤ ਦਾ ਝੰਡਾ ਲੈ ਕੇ ਅਤੇ ਕੇਜਰੀਵਾਲ ਦੇ ਨਾਲ ਮਿਲ ਕੇ ਅਤੇ ਹਨੂੰਮਾਨ ਮੰਦਿਰ ਦੇ ਵਿੱਚ ਮੱਥਾ ਟੇਕਣ ਗਏ ਆ। ਸੋ ਬੀਜੇਪੀ ਦੇ ਲਈ ਇਹ ਬਹੁਤ ਵੱਡੇ ਚਿੰਤਨ ਵਾਲੀ ਗੱਲ ਹੈ, ਬਹੁਤ ਵੱਡੀ ਸੋਚ ਵਿਚਾਰ ਵਾਲੀ ਗੱਲ ਹੈ, ਉਹਨਾਂ ਦੇ ਲਈ ਬਿਲਕੁਲ ਇਹ ਪਿੱਠ ਲੱਗਣ ਵਰਗੀ ਗੱਲ ਹੈ। ਇਸ ਤੋਂ ਵੱਡੀ ਹਾਰ ਉਹਨਾਂ ਨੂੰ ਕਦੇ ਮਿਲ ਨਹੀਂ ਸਕਦੀ ਜਿੱਥੇ 225 ਸੰਸਦ ਮੈਂਬਰ ਮੈਦਾਨ ਦੇ ਵਿੱਚ ਲਾਏ ਹੋਣ ਕਿ ਤੁਸੀਂ ਘਰ ਘਰ ਦੇ ਵਿੱਚ ਜਾ ਕੇ ਲੋਕਾਂ ਨੂੰ ਆਪਣੇ ਨਾਲ ਜੋੜਨਾ, ਜਿੱਥੇ 1,00,000 ਪੂਰੇ ਭਾਰਤ ਦੇ ਵਿੱਚੋਂ ਸਮਰਥਕ ਆ ਜਿਹੜੇ ਉਹ ਪੂਰੀ ਦਿੱਲੀ ਦੇ ਵਿੱਚ ਭੇਜੇ ਹੋਣ ਕਿ ਤੁਸੀਂ ਲੋਕਾਂ ਨੂੰ ਲਾਮਬੰਦ ਕਰੋ, ਜਿੱਥੇ 11 ਸੂਬਿਆਂ ਦੇ ਮੁੱਖ ਮੰਤਰੀ ਆ ਜਿਹੜੇ ਉਹ ਲਾਏ ਹੋਣ, ਅਤੇ ਜਿੱਥੇ ਬਾਕੀ ਸਾਬਕਾ ਮੁੱਖ ਮੰਤਰੀ ਲਾਏ ਹੋਣ, ਜਿੱਥੇ ਬਾਕੀ RSS ਦੇ ਆਗੂ ਲੱਗੇ ਹੋਣ, ਵਰਕਰ ਲੱਗੇ ਹੋਣ ਕਿ ਜੀ ਬੀਜੇਪੀ ਨੂੰ ਜਿਤਾਉਣਾ ਹੀ ਜਿਤਾਉਣਾ, ਉਸ ਵਕਤ ਉਹਨਾਂ ਦੇ ਪਿੜ ਪੱਲੇ ਕੁਝ ਵੀ ਨਾ ਪਵੇ ਜਾਂ ਮਾਮੂਲੀ ਫਰਕ ਦੇ ਨਾਲ ਵਾਧਾ ਹੋਇਆ ਹੋਵੇ, ਇਹ ਆਮ ਆਦਮੀ ਪਾਰਟੀ ਨੇ ਝਾੜੂ ਦੇ ਨਾਲ ਕਮਲ ਦੇ ਫੁੱਲ ਨੂੰ ਪਰੇ ਕਰਤਾ ਹੋਵੇ, ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਵੀ ਹੈ ਅਤੇ ਬੜੀ ਤਸੱਲੀ ਵਾਲੀ ਗੱਲ ਵੀ ਹੈ। ਦੇਸ਼ ਦੁਨੀਆ ਦੇ ਵਿੱਚ ਕੇਜਰੀਵਾਲ ਦੀ ਜਿੱਤ ਦੇ ਉੱਤੇ ਜਸ਼ਨ ਮਨਾਏ ਜਾ ਰਹੇ ਆ, ਢੋਲ ਨਗਾਰੇ ਵੱਜ ਰਹੇ ਆ। ਕੇਜਰੀਵਾਲ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਮੇਰੀ ਨਹੀਂ, ਇਹ ਦਿੱਲੀ ਦੇ ਵਾਸੀਆਂ ਦੀ ਜਿੱਤ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਕੇਜਰੀਵਾਲ ਦੀ ਜਿੱਤ ਦੇ ਪਿੱਛੇ ਕਿਹੜੇ ਕਿਹੜੇ ਕਾਰਨ ਜ਼ਿੰਮੇਵਾਰ ਰਹੇ ਆ, ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ।
ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ 2015 ਵਾਲਾ ਇਤਿਹਾਸ ਦੁਹਰਾਇਆ ਗਿਆ। ਆਮ ਆਦਮੀ ਪਾਰਟੀ ਨੇ 17 ਦੇ ਵਿੱਚੋਂ 62 ਸੀਟਾਂ ਦੇ ਉੱਤੇ ਜਿੱਤ ਹਾਸਲ ਕੀਤੀ ਹੈ। ਹੁਣ ਸਵਾਲ ਇਹ ਖੜਾ ਹੁੰਦਾ ਕਿ ਦਿੱਲੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੰਨੀ ਵੱਡੀ ਜਿੱਤ ਦਾ ਕਾਰਨ ਕੀ ਹੈ? ਸਿਆਸੀ ਮਾਹਿਰਾਂ ਦਾ ਇਹ ਕਹਿਣਾ ਕਿ ਦਿੱਲੀ ਵਾਲਿਆਂ ਨੂੰ ਕੇਜਰੀਵਾਲ ਦੀ ਸਿਆਸਤ ਅਤੇ ਲੀਡਰਸ਼ਿਪ ਦੇ ਉੱਤੇ ਵੱਧ ਭਰੋਸਾ ਹੈ। ਭਾਰਤੀ ਜਨਤਾ ਪਾਰਟੀ ਦੇ ਜਿੱਤਣ ਦੀ ਸਥਿਤੀ ਵਿੱਚ ਦਿੱਲੀ ਦੀ ਕਮਾਨ ਕਿਸ ਨੂੰ ਮਿਲੇਗੀ? ਇਸ ਸਵਾਲ ਦਾ ਜਵਾਬ ਬੀਜੇਪੀ ਨਹੀਂ ਦੇ ਸਕੀ। ਸ਼ਾਇਦ ਇਸੇ ਕਰਕੇ ਅਰਵਿੰਦ ਕੇਜਰੀਵਾਲ ਵਾਰ ਵਾਰ ਬੀਜੇਪੀ ਨੂੰ ਇਸ ਮੁੱਦੇ ਦੇ ਉੱਤੇ ਘੇਰਾ ਪਾਉਂਦੇ ਰਹੇ। ਦਿੱਲੀ ਦੇ ਨਤੀਜਿਆਂ ਨੇ ਇਹ ਸਾਫ਼ ਕਰ ਦਿੱਤਾ ਕਿ ਚਿਹਰਾ ਨਹੀਂ ਤਾਂ ਪੂਰੇ ਮਨ ਦੇ ਨਾਲ ਵੋਟ ਵੀ ਨਹੀਂ। ਜਦ ਚੋਣਾਂ ਲੋਕਲ ਨੇ ਤਾਂ ਰਾਸ਼ਟਰੀ ਮੁੱਦਿਆਂ ਦੀ ਕੀ ਤੁੱਕ ਹੈ? ਆਮ ਆਦਮੀ ਪਾਰਟੀ ਨੇ ਬੀਤੇ ਸਾਲ ਤੋਂ ਅਰਵਿੰਦ ਕੇਜਰੀਵਾਲ ਸਰਕਾਰ ਦੇ ਪੱਖ ਦੇ ਵਿੱਚ ਮਾਹੌਲ ਬਣਾਉਣ ਦੇ ਲਈ ਹਮੇਸ਼ਾ ਹੀ ਲੋਕਲ ਮੁੱਦਿਆਂ ਦੇ ਉੱਤੇ ਜ਼ੋਰ ਦਿੱਤਾ, ਚਾਹੇ ਗੱਲ ਬਿਜਲੀ ਦੀ ਹੋਵੇ ਜਾਂ ਫਿਰ ਪਾਣੀ ਦੀ। ਇਹਨਾਂ ਨੂੰ ਵਾਰ ਵਾਰ ਮੁੱਦਾ ਬਣਾਇਆ ਗਿਆ। ਇਸ ਦੇ ਨਾਲ ਹੀ ਸਕੂਲਾਂ ਦੀ ਨੁਹਾਰ ਨੇ ਆਮ ਆਦਮੀ ਪਾਰਟੀ ਦੇ ਭਵਿੱਖੀ ਇਰਾਦਿਆਂ ਦੇ ਉੱਤੇ ਰੌਸ਼ਨੀ ਪਾਈ। ਜੇਕਰ ਜਨਤਾ ਸਰਕਾਰ ਨੂੰ ਟੈਕਸ ਦਿੰਦੀ ਹੈ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਹਨਾਂ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਦਾ ਖਿਆਲ ਰੱਖੇ। ਬਿਜਲੀ, ਪਾਣੀ ਅਤੇ ਸਫ਼ਰ ਵਰਗੀਆਂ ਚੀਜ਼ਾਂ ਜ਼ਰੂਰੀ ਨੇ ਅਤੇ ਕੇਜਰੀਵਾਲ ਸਰਕਾਰ ਦਿੱਲੀ ਦੀ ਜ਼ਿਆਦਾਤਰ ਜਨਤਾ ਨੂੰ ਬਿਜਲੀ ਅਤੇ ਪਾਣੀ ਮੁਫ਼ਤ ਦਿੰਦੀ ਹੈ। ਉੱਥੇ ਔਰਤਾਂ ਦੇ ਲਈ DTC ਬੱਸਾਂ ਅਤੇ ਦਿੱਲੀ ਮੈਟਰੋ ਦੇ ਵਿੱਚ ਸਫ਼ਰ ਮੁਫ਼ਤ ਕਰ ਦਿੱਤਾ ਗਿਆ। ਅਰਵਿੰਦ ਕੇਜਰੀਵਾਲ ਨੇ ਤਜਰਬੇ ਦੇ ਨਾਲ ਸਿੱਖਿਆ ਕਿ ਨਰਿੰਦਰ ਮੋਦੀ ਦੇ ਉੱਤੇ ਸਿੱਧਾ ਹਮਲਾ ਕਰਨਾ ਉਹਨਾਂ ਦੇ ਪੱਖ ਵਿੱਚ ਨਹੀਂ ਜਾਂਦਾ, ਕਿਉਂਕਿ ਮੋਦੀ ਦੀ ਪ੍ਰਸਿੱਧੀ ਹਾਲੇ ਤੱਕ ਬਰਕਰਾਰ ਹੈ। ਅਰਵਿੰਦ ਕੇਜਰੀਵਾਲ ਇਸ ਰਣਨੀਤੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ 2020 ਦੇ ਚੋਣ ਪ੍ਰਚਾਰ ਦੇ ਵਿੱਚ ਅਮਲ ਵਿੱਚ ਲਾਉਂਦੇ ਦਿਸੇ। ਦੂਜੇ ਪਾਸੇ ਕੇਜਰੀਵਾਲ ਦੇ ਨਿਸ਼ਾਨੇ ਉੱਤੇ ਅਮਿਤ ਸ਼ਾਹ ਤੋਂ ਲੈ ਕੇ ਦਿੱਲੀ BJP ਦੇ ਪ੍ਰਧਾਨ ਸਨ, ਮਤਲਬ ਕੇਜਰੀਵਾਲ ਨੇ ਸੋਚ ਸਮਝ ਕੇ ਸਿਆਸੀ ਹਮਲੇ ਕੀਤੇ। ਆਮ ਆਦਮੀ ਪਾਰਟੀ ਨੇ ਤੈਅ ਕਰ ਲਿਆ ਸੀ ਕਿ ਉਹ ਅਜਿਹੇ ਮੁੱਦਿਆਂ ਤੋਂ ਬਚੇਗੀ ਜਿਸ ਨਾਲ BJP ਨੂੰ ਫਾਇਦਾ ਹੋਵੇ। ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਸ਼ਾਹੀਨ ਬਾਗ ਨੂੰ ਮੁੱਦਾ ਬਣਾਇਆ। BJP ਦਾ ਮਕਸਦ ਇਸ ਨੂੰ ਫਿਰਕੂ ਰੰਗ ਦੇ ਕੇ ਸਿਆਸੀ ਲਾਭ ਲੈਣ ਦਾ ਸੀ, ਪਰ ਕੇਜਰੀਵਾਲ ਨੇ ਚਲਾਕੀ ਦੇ ਨਾਲ ਇਸ ਮੁੱਦੇ ਦੇ ਉੱਤੇ ਦੂਰੀ ਬਣਾਈ ਰੱਖੀ। ਨਾਲ ਹੀ ਖੁਦ ਨੂੰ ਹਨੂੰਮਾਨ ਭਗਤ ਦੱਸ ਕੇ BJP ਦੇ ਫਿਰਕੂ ਕਾਰਡ ਨੂੰ ਫੇਲ ਕਰਨ ਦੀ ਵੀ ਕੋਸ਼ਿਸ਼ ਕੀਤੀ। ਚੋਣਾਂ ਵਿੱਚ 3 ਵੱਡੀਆਂ ਪਾਰਟੀਆਂ ਸਨ, ਆਮ ਆਦਮੀ ਪਾਰਟੀ, BJP ਅਤੇ ਕਾਂਗਰਸ, ਪਰ ਚੋਣ ਪ੍ਰਚਾਰ ਤੋਂ ਲੈ ਕੇ ਵੋਟਾਂ ਦੀ ਗਿਣਤੀ ਤੋਂ ਇਹ ਸਾਫ਼ ਹੋ ਗਿਆ ਕਿ ਮੁਕਾਬਲਾ BJP ਅਤੇ ਆਮ ਆਦਮੀ ਪਾਰਟੀ ਦਰਮਿਆਨ ਹੈ। ਕਾਂਗਰਸ ਕਿਤੇ ਵੀ ਨਹੀਂ ਅਤੇ ਉਸ ਦੇ ਵੋਟਰਾਂ ਦਾ ਕੈਂਪ ਵੀ ਬਦਲ ਚੁੱਕਿਆ। ਇਸ ਦਾ ਜ਼ਿਆਦਾ ਲਾਭ ਆਮ ਆਦਮੀ ਪਾਰਟੀ ਨੂੰ ਹੋਇਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜੋ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ, ਇਹਦਾ ਦੇਸ਼ ਦੀ ਰਾਜਨੀਤੀ ਦੇ ਉੱਤੇ ਬਹੁਤ ਵੱਡਾ ਅਸਰ ਆਉਂਦੇ ਸਮੇਂ ਦੇ ਵਿੱਚ ਪੈਣਾ ਅਤੇ ਖਾਸ ਕਰਕੇ ਪੰਜਾਬ ਦੀ ਰਾਜਨੀਤੀ ਦੇ ਉੱਤੇ 2022 ਦੇ ਮੱਦੇਨਜ਼ਰ ਬੇਹੱਦ ਵੱਡਾ ਅਸਰ ਪੈਣਾ। ਹੁਣ ਕੇਜਰੀਵਾਲ ਦੀ ਜਿਹੜੀ ਸੋਚ ਹੈ ਜਾਂ ਆਮ ਆਦਮੀ ਪਾਰਟੀ ਦੀ ਜਿਹੜੀ ਨੀਤੀ ਸੀ, ਉਹਨੂੰ ਬਾਕੀ ਪਾਰਟੀਆਂ ਵੀ ਜੇਕਰ ਆਉਂਦੇ ਸਮੇਂ ਦੇ ਵਿੱਚ ਅਪਣਾਉਣਗੀਆਂ ਤਾਂ ਹੀ ਕੁਝ ਬਣ ਸਕਦਾ, ਨਹੀਂ ਤਾਂ ਉਹਨਾਂ ਪਾਰਟੀਆਂ ਦਾ ਛੇਤੀ ਕਿਤੇ ਕੁਝ ਬਣਨਾ ਨਹੀਂ। ਹੁਣ ਸੋਚਣ ਵਿਚਾਰਨ ਵਾਲੀ ਗੱਲ ਇੱਕ ਇਹ ਹੈ ਕਿ ਦਿੱਲੀ ਦੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਕੀ ਹੈ ਅਤੇ ਅਸੀਂ ਉਹਨਾਂ ਨੂੰ ਇਹ ਗੱਲ ਕਹਿ ਰਹੇ ਹਾਂ ਜੀ ਕਿ ਅਸੀਂ ਧਾਰਾ 370 ਜੰਮੂ ਕਸ਼ਮੀਰ ਦੇ ਵਿੱਚ ਹਟਾ ਦਿੱਤੀ। ਦਿੱਲੀ ਦੇ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਉੱਠਦਾ ਜੀ ਕਿ ਅਸੀਂ ਕੀ ਕਰੀਏ ਜੋ ਤੁਸੀਂ ਜੰਮੂ ਕਸ਼ਮੀਰ ਦੇ ਵਿੱਚ ਕੀਤਾ, ਸਾਡੀਆਂ ਲੋੜਾਂ ਹੋਰ ਹੈ। ਜੇਕਰ ਦਿੱਲੀ ਦੇ ਲੋਕ ਰੁਜ਼ਗਾਰ ਦੀ ਗੱਲ ਕਰਦੇ ਆ, ਵਪਾਰ ਦੀ ਗੱਲ ਕਰਦੇ ਆ, ਅਤੇ ਅਸੀਂ ਅੱਗੋਂ ਇਹ ਗੱਲ ਕਹਿੰਦੇ ਜੀ ਕਿ ਪਾਕਿਸਤਾਨ ਨੂੰ ਸਬਕ ਸਿਖਾ ਦਿੱਤਾ ਅਤੇ ਅੱਤਵਾਦ ਨੂੰ ਅਸੀਂ ਖਤਮ ਕਰ ਦੇਣਾ, ਲੋਕ ਇਹ ਗੱਲ ਕਹਿੰਦੇ ਤੁਹਾਡੇ ਕੋਲ ਇਹੀ ਰਾਗ ਆ, ਹਰ ਵੇਲੇ ਇਹੀ ਅਲਾਪਦੇ ਰਹਿੰਦੇ ਆ, ਇਸ ਤੋਂ ਅਗਲੀ ਗੱਲ ਵੀ ਕਰੋ। ਦਿੱਲੀ ਦੇ ਲੋਕ ਕਹਿੰਦੇ ਜੀ ਕਿ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਉੱਠਣਾ ਚਾਹੀਦਾ, ਅਤੇ ਉਧਰੋਂ ਗੱਲ ਕਹਿ ਦਿੱਤੀ ਜਾਂਦੀ ਹੈ ਜੀ ਕਿ ਗਾਂ ਦੀ ਇੱਜ਼ਤ ਕਰੋ, ਗਾਂ ਦੀ ਕਦਰ ਕਰੋ, ਅਤੇ ਹਿੰਦੂ ਧਰਮ ਦੀ ਬਾਤ ਪਾਉਣੀ ਚਾਹੀਦੀ ਹੈ ਅਤੇ ਰਾਮ ਮੰਦਿਰ ਬਣਨਾ ਚਾਹੀਦਾ। ਲੋਕਾਂ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਦਰਕਿਨਾਰ ਕਰਕੇ ਅਸਲ ਲੋਕਲ ਸੂਬੇ ਦੇ ਮੁੱਦਿਆਂ ਦੇ ਵੱਲ ਪਹਿਲ ਦੇ ਆਧਾਰ ਦੇ ਉੱਤੇ ਖਿਆਲ ਕਰਨ ਵਾਲੇ ਅਰਵਿੰਦ ਕੇਜਰੀਵਾਲ ਨੂੰ ਚੁਣਿਆ। ਹੁਣ ਇੱਕ ਗੱਲ ਹੋਰ ਕੇਜਰੀਵਾਲ ਦੇ ਹੱਕ ਦੇ ਵਿੱਚ ਜਾਂਦੀ ਹੈ ਜਿਹੜੀ ਕਿ ਉਹਨੇ ਵਾਰ ਵਾਰ ਦੁਹਰਾਈ ਹੈ। ਕੇਜਰੀਵਾਲ ਨੇ ਕਿਹਾ ਕਿ ਜੇਕਰ ਮੈਂ ਚੰਗਾ ਕੰਮ ਕੀਤਾ, ਸਾਡੀ ਸਰਕਾਰ ਨੇ ਚੰਗਾ ਕੰਮ ਕੀਤਾ, 5 ਵਰ੍ਹਿਆਂ ਦੇ ਵਿੱਚ ਜੇਕਰ ਤੁਸੀਂ ਸਾਡੇ ਕੋਲ ਸੰਤੁਸ਼ਟ ਹੋ ਤਾਂ ਫਿਰ ਸਾਨੂੰ ਵੋਟ ਪਾ ਦਿਓ, ਨਹੀਂ ਤਾਂ ਬੇਸ਼ੱਕ ਕਮਲ ਦੇ ਫੁੱਲ ਨੂੰ ਵੋਟ ਪਾ ਦਿਓ। ਹੁਣ ਉਸ ਤੋਂ ਬਾਅਦ ਲੋਕਾਂ ਦੀ ਜ਼ਿੰਮੇਵਾਰੀ ਬਣ ਗਈ ਕਿ ਉਹਨਾਂ ਨੇ ਚੰਗਾ ਕੰਮ ਕੀਤਾ ਜਾਂ ਫਿਰ ਨਹੀਂ। ਪਰ BJP ਜਾਂ ਕਾਂਗਰਸ ਦਾ ਇੱਕ ਵੀ ਨੇਤਾ ਇੱਕ ਸਕਿੰਟ ਦੇ ਲਈ ਵੀ ਇਹ ਗੱਲ ਆਪਣੇ ਮੂੰਹ ਦੇ ਵਿੱਚੋਂ ਨਹੀਂ ਕੱਢ ਸਕਿਆ ਕਿ ਫਲਾਣੇ ਫਲਾਣੇ ਸੂਬਿਆਂ ਦੇ ਵਿੱਚ ਸਾਡੀ ਸਰਕਾਰ ਹੈ, ਜੇਕਰ ਤੁਹਾਨੂੰ ਸਾਡਾ ਕੰਮ ਉੱਥੇ ਚੰਗਾ ਲੱਗਾ ਤਾਂ ਫਿਰ ਸਾਨੂੰ ਦਿੱਲੀ ਦੇ ਵਿੱਚ ਵੀ ਵੋਟਾਂ ਪਾ ਦਿਓ, ਨਹੀਂ ਤਾਂ ਨਾ ਪਾਓ, ਕਿਉਂਕਿ ਉਹਨਾਂ ਨੇ ਤਸੱਲੀਜਨਕ ਕੰਮ ਕੀਤੇ ਹੀ ਨਹੀਂ। ਇਸ ਕਰਕੇ ਆਉਂਦੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜ਼ਿੰਮੇਵਾਰੀ ਹੋਰ ਵੱਧ ਜਾਣੀ ਹੈ ਕਿ ਦਿੱਲੀ ਦੇ ਵਿੱਚ ਜਿੱਤ ਵੀ ਬਰਕਰਾਰ ਰੱਖਣੀ ਹੈ ਅਤੇ ਬਾਕੀ ਸੂਬਿਆਂ ਤੱਕ ਵੀ ਆਪਣਾ ਪਸਾਰਾ ਕਿਵੇਂ ਕਰਨਾ, ਇਹਦੇ ਲਈ ਉਹਨਾਂ ਨੂੰ ਚੰਗੀ ਇਕਾਈ, ਚੰਗੇ ਨੇਤਾ ਆਪਣੇ ਨਾਲ ਜੋੜਨੇ ਪੈਣਗੇ। ਪੰਜਾਬ ਦੇ ਵਿੱਚ ਖਾਸ ਕਰਕੇ ਜੋ ਭਰੋਸਾ ਟੁੱਟਿਆ ਹੋਇਆ ਉਹਨੂੰ ਬਹਾਲ ਕਰਨ ਦੇ ਲਈ ਯਤਨ ਕਰਨੇ ਪੈਣਗੇ। ਪਰ BJP ਨੂੰ ਇਹ ਗੱਲ ਹੁਣ ਬਿਲਕੁਲ ਕੰਨ ਦੇ ਉੱਤੇ ਲਿਖੀ ਪੜ੍ਹ ਲੈਣੀ ਚਾਹੀਦੀ ਹੈ ਕਿ ਲੋਕ ਨਫ਼ਰਤ ਦੀ ਰਾਜਨੀਤੀ
ਨਹੀਂ ਚਾਹੁੰਦੇ, ਲੋਕ ਇਸ ਵਕਤ ਮੁੱਦਿਆਂ ਦੀ ਗੱਲ ਚਾਹੁੰਦੇ ਆ। ਲੋਕ ਇਹ ਚਾਹੁੰਦੇ ਆ ਜੀ ਕਿ ਸਾਡੇ ਮਸਲੇ ਪਹਿਲ ਦੇ ਆਧਾਰ ਦੇ ਉੱਤੇ ਹੱਲ ਹੋਣ, ਲੋਕਾਂ ਦਾ ਪਾਕਿਸਤਾਨ ਦੇ ਨਾਲ, ਲੋਕਾਂ ਦਾ ਅੱਤਵਾਦ ਦੇ ਨਾਲ, ਲੋਕਾਂ ਦਾ ਹੋਰ ਛੋਟੇ ਵੱਡੇ ਮੁੱਦੇ ਜਿਹੜੇ ਕਿ CAA ਅਸੀਂ ਆਹ ਕਰਤਾ, NRC ਦੇ ਵਿੱਚ ਆਹ ਕਰ ਲਾਂਗੇ, ਇਹਨਾਂ ਗੱਲਾਂ ਦੇ ਨਾਲ ਕੋਈ ਲੈਣ ਦੇਣ ਨਹੀਂ। BJP ਨੇ ਆਪਣਾ ਹਮੇਸ਼ਾ ਇਹੀ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਅਤੇ ਐਤਕੀ ਫਿਰ ਉਹਨਾਂ ਨੇ ਖੇਡਿਆ, ਪਰ ਉਹਨਾਂ ਨੂੰ ਸਫਲਤਾ ਨਹੀਂ ਮਿਲੀ। ਹੈਰਾਨੀ ਇਸ ਗੱਲ ਦੀ ਹੈ ਕਿ 48 ਸੀਟਾਂ ਦਾ ਦਾਅਵਾ ਕਰਦੇ ਸੀ ਮਨੋਜ ਤਿਵਾੜੀ ਹੋਰੀ, ਅੱਜ ਜਦੋਂ 8 ਸੀਟਾਂ ਉਹਨਾਂ ਦੇ ਪੱਲੇ ਰਹਿ ਗਈਆਂ ਤਾਂ ਢਿੱਲਾ ਜਿਹਾ ਮੂੰਹ ਬਣਾ ਕੇ ਉਹ ਵੀ ਗੱਲ ਕਹਿੰਦੇ ਸੀ ਜੀ ਕਿ ਦੇਸ਼ ਕੇ ਲੋਕੋਂ ਕੀ ਮਰਜ਼ੀ ਹੈ, ਦਿੱਲੀ ਕੇ ਲੋਕੋਂ ਨੇ ਜੋ ਠੀਕ ਸਮਝਾ ਵੋ ਕੀਆ, ਹਮਸੇ ਜੋ ਗਲਤੀ ਹੋਈ ਹੈ ਅਤੇ ਹਮ ਦੇਖੇਂਗੇ ਆਗੇ ਸੇ, ਹਮ ਚਿੰਤਨ ਕਰੇਂਗੇ। ਭਵਿੱਖ ਦੇ ਵਿੱਚ BJP ਨੂੰ ਸੱਚੀ ਮੁੱਚੀ ਚਿੰਤਨ ਕਰਨਾ ਪਊਗਾ ਕਿ ਉਹ ਮੁੱਦੇ ਵੱਡੇ ਆ ਜਿਹੜੇ ਸੰਬੰਧਿਤ ਸੂਬੇ ਦੇ ਆ, ਉਹ ਕੋਈ ਮੁੱਦੇ ਨਹੀਂ ਜਿਹੜੇ ਤੁਸੀਂ 5-5, 7-7 ਸਾਲ ਲਗਾਤਾਰ ਵਰਤਦੇ ਆ ਧਰਮ ਦੇ ਨਾਂ ਦੇ ਉੱਤੇ, ਫਿਰਕਾ ਪ੍ਰਸਤੀ ਦੀ ਗੱਲ ਕਰਦੇ ਹੋ, ਤੁਸੀਂ ਵੋਟਾਂ ਦਾ ਧਰੁਵੀਕਰਨ 1-2-4 ਵਾਰ ਕਰ ਸਕਦੇ ਹੋ, ਪਰ ਵਾਰ ਵਾਰ ਕਾਠ ਦੀ ਹਾਂਡੀ ਨਹੀਂ ਚੜ੍ਹਦੀ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਂਦੇ ਛੋਟੀ ਜਿਹੀ ਬ੍ਰੇਕ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰ ਰਹੇ ਦੋਸਤੋ, ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਾਂਗੇ। ਜਦੋਂ ਦਿੱਲੀ ਦੇ ਵਿੱਚ ਕਾਂਗਰਸ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਹਾਰ ਦਾ ਸਾਹਮਣਾ ਕਰਨਾ ਪਿਆ, ਇਸ ਕਦਰ ਹਾਰ ਕੇ 70 ਸੀਟਾਂ ਦੇ ਵਿੱਚੋਂ 67 ਸੀਟਾਂ ਦੇ ਉੱਤੇ ਕਾਂਗਰਸ ਦੇ ਉਮੀਦਵਾਰਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਹੈ, ਉਸ ਵਕਤ ਕਾਂਗਰਸ ਦੇ ਮਨ ਦੇ ਉੱਤੇ ਕੀ ਬੀਤਦੀ ਹੋਊਗੀ ਇਹਦਾ ਅੰਦਾਜ਼ਾ ਲਾਉਣਾ ਔਖਾ ਨਹੀਂ। ਪਰ ਫਿਰ ਵੀ ਕਾਂਗਰਸੀ ਖੁਸ਼ ਹੈ। ਤੁਸੀਂ ਕਹੋਗੇ ਵੀ ਉਹ ਕਿਹੜੀ ਗੱਲੋਂ ਖੁਸ਼ ਹੈ, ਅਸਲ ਦੇ ਵਿੱਚ ਕਾਂਗਰਸੀਆਂ ਨੂੰ ਇਸ ਗੱਲ ਦਾ ਚਾਅ ਵੀ ਅਸੀਂ ਆਪ ਭਾਵੇਂ ਡੁੱਬ ਗਏ ਪਰ ਅਸੀਂ ਨਾਲ BJP ਨੂੰ ਵੀ ਡੋਬਤਾ, BJP ਨੂੰ ਅਸੀਂ ਜਿੱਤਣ ਨਹੀਂ ਦਿੱਤਾ। ਅਤੇ ਅੱਜ ਕਾਂਗਰਸ ਦੇ ਕੁਝ ਨੇਤਾਵਾਂ ਨੇ ਇਹ ਗੱਲ ਕਹੀ ਹੈ ਜੀ ਕਿ ਭਾਵੇਂ ਕੁਝ ਵੀ ਹੋ ਗਿਆ, ਸਾਡਾ ਕੁਝ ਵੀ ਹੋ ਗਿਆ, ਸਾਡਾ ਭਾਵੇਂ ਕੁਝ ਨਹੀਂ ਬਣਿਆ, ਪਰ ਅਸੀਂ BJP ਦਾ ਰੱਥ ਰੋਕ ਲਿਆ। ਇਹਨਾਂ ਦਾ ਜੇਤੂ ਰੱਥ ਆ ਜਿਹੜਾ ਉਹ ਰੋਕਣਾ ਬੜਾ ਜ਼ਰੂਰੀ ਸੀ। ਚਰਨਜੀਤ ਚੰਨੀ ਜਿਹੜੇ ਕਿ ਪੰਜਾਬ ਦੇ ਕੈਬਨਿਟ ਮੰਤਰੀ ਆ, ਅੱਜ ਮੁਕਤਸਰ ਸਾਹਿਬ ਦੇ ਵਿੱਚ ਗਏ ਸੀ। ਉਹ ਕਹਿੰਦੇ ਜੀ ਦੇਖੋ, ਇਸ ਵਕਤ BJP ਨੂੰ ਰੋਕਣਾ ਸਾਡੇ ਜਿੱਤਣ ਨਾਲੋਂ ਵੱਧ ਜ਼ਰੂਰੀ ਸੀ ਅਤੇ ਅਸੀਂ ਅਤੇ ਆਮ ਆਦਮੀ ਪਾਰਟੀ ਨੇ ਮਿਲ ਕੇ BJP ਨੂੰ ਰੋਕ ਲਿਆ। ਉਹਨਾਂ ਦੀ ਗੱਲ ਦਾ ਅਰਥ ਇਹ ਨਿਕਲਦਾ ਕਿ ਆਉਂਦੇ ਸਮੇਂ ਦੇ ਵਿੱਚ ਸ਼ਾਇਦ ਕਿਤੇ ਗੱਠਜੋੜ ਦੀ ਗੱਲ ਚੱਲਦੀ ਹੋਵੇ, ਅੰਦਾਜ਼ੇ ਨਹੀਂ ਇਹ। ਵੈਸੇ ਕਾਂਗਰਸ ਦੇ ਦੋ ਨੇਤਾ ਇਸ ਤੋਂ ਪਹਿਲਾਂ ਕਹਿ ਚੁੱਕੇ ਆ ਕਿ ਅਸੀਂ ਦਿੱਲੀ ਦੇ ਵਿੱਚ ਤਿਆਗ ਕੀਤਾ ਆਪਣਾ, ਸਾਨੂੰ ਤਿਆਗ ਦੀ ਭਾਵਨਾ ਅਪਣਾਉਣੀ ਪਈ ਹੈ ਕਿਉਂਕਿ BJP ਨੂੰ ਰੋਕਣ ਦੇ ਲਈ ਆਮ ਆਦਮੀ ਪਾਰਟੀ ਦਾ ਜਿੱਤਣਾ ਜ਼ਰੂਰੀ ਸੀ। ਅਤੇ ਭਰੋਸੇਯੋਗ ਸੂਤਰ ਇਹ ਵੀ ਗੱਲ ਦੱਸਦੇ ਆ ਕਿ ਕਾਂਗਰਸ ਦੀ ਲੀਡਰਸ਼ਿਪ ਨੇ ਤੈਅ ਕਰ ਲਿਆ ਸੀ ਕਿ ਐਤਕੀ ਆਪਣਾ ਪ੍ਰਚਾਰ ਬਹੁਤਾ ਵਧੀਆ ਨਹੀਂ ਹੋਣਾ ਚਾਹੀਦਾ, ਜੇ ਅਸੀਂ ਵੱਧ ਪ੍ਰਚਾਰ ਕਰਾਂਗੇ ਸਾਡੀ ਵੋਟ ਫੀਸਦੀ ਦੇ ਵਿੱਚ ਵਾਧਾ ਹੋ ਸਕਦਾ, ਪਰ ਅਸੀਂ ਸਰਕਾਰ ਬਣਾਉਣ ਦੀ ਸਥਿਤੀ ਦੇ ਵਿੱਚ ਬਿਲਕੁਲ ਨਹੀਂ। ਇਸ ਕਰਕੇ ਅਸੀਂ ਭਾਵੇਂ ਜਿੱਤਗੇ ਨਾ ਜਿੱਤਗੇ ਪਰ BJP ਨਾ ਜਿੱਤੇ, ਇਸ ਗੱਲ ਦੇ ਉੱਤੇ ਉਹਨਾਂ ਨੇ ਧਿਆਨ ਕੇਂਦਰਿਤ ਕੀਤਾ ਅਤੇ ਉਹ ਕੁਝ ਹੱਦ ਤੱਕ ਸਫਲ ਵੀ ਹੋਏ ਆ। ਇਹ ਇੱਕ ਵੱਖਰੀ ਗੱਲ ਹੈ ਕਿ ਜੇਕਰ ਕਾਂਗਰਸ ਨਿੱਠ ਕੇ ਪ੍ਰਚਾਰ ਕਰਦੀ ਉਹਨਾਂ ਦੀ ਵੋਟ ਫੀਸਦੀ ਦੇ ਵਿੱਚ ਸ਼ਾਇਦ ਇਜ਼ਾਫਾ ਹੋ ਜਾਂਦਾ, ਹੋ ਸਕਦਾ ਕਿ ਆਮ ਆਦਮੀ ਪਾਰਟੀ ਦੀਆਂ ਕੁਝ ਸੀਟਾਂ ਘੱਟ ਵੀ ਜਾਂਦੀਆਂ, ਪਰ ਉਹਦੇ ਨਾਲ BJP ਨੂੰ ਫਾਇਦਾ ਹੋਣ ਦੀ ਸੰਭਾਵਨਾ ਵੱਧ ਮੰਨੀ ਜਾ ਰਹੀ ਹੈ। ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਡਾਕਟਰ ਮਨਮੋਹਨ ਸਿੰਘ ਨੇ ਇੱਕੋ ਰੈਲੀ ਕੀਤੀ ਦਿੱਲੀ ਦੇ ਵਿੱਚ, ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਸੋਨੀਆ ਗਾਂਧੀ ਨੇ ਪ੍ਰਚਾਰ ਹੀ ਨਹੀਂ ਕੀਤਾ, ਉਹ ਕਿਹੜੇ ਕਾਰਨ ਆ ਨਵਜੋਤ ਸਿੰਘ ਸਿੱਧੂ ਸਟਾਰ ਪ੍ਰਚਾਰਕ ਹੋਣ ਦੇ ਬਾਵਜੂਦ ਦਿੱਲੀ ਗਏ ਨਹੀਂ, ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਦੋ ਥਾਵਾਂ ਦੇ ਉੱਤੇ ਬੋਲ ਕੇ ਕੈਪਟਨ ਸਾਹਿਬ ਵੀ ਚੁੱਪ ਕਰਕੇ ਵਾਪਸ ਆ ਗਏ। ਸੋ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਕਾਂਗਰਸ ਦੇ ਲਈ ਸਵਾਲ ਨੁਮਾ। ਪਰ ਅਗਲੀ ਗੱਲ ਇਹ ਹੈ ਕਿ ਹੁਣ 5 ਸਾਲ ਦੇ ਲਈ ਫਿਰ ਲਾਂਭੇ ਹੋ ਗਈ ਹੈ ਕਾਂਗਰਸ, ਅਤੇ 22 ਸਾਲ ਦਾ ਸੋਕਾ ਜਿਹੜਾ ਦਿੱਲੀ ਦੇ ਵਿੱਚ BJP ਦੇ ਲਈ ਵੀ ਪਿਆ ਹੋਇਆ, ਇਹ ਹੁਣ 5 ਸਾਲ ਹੋਰ ਜੇਕਰ ਜੋੜ ਲਈਏ ਤਾਂ 27 ਸਾਲ ਦਾ ਸੋਕਾ ਹੋ ਜਾਣਾ। ਸੋ ਕਾਂਗਰਸ ਦਾ ਭਵਿੱਖ ਦੇ ਵਿੱਚ ਕੀ ਬਣੂ, ਕੀ ਦਿੱਲੀ ਦੇ ਵਿੱਚ ਕਦੇ ਉਹਦੀ ਵਾਪਸੀ ਹੋ ਸਕੂ, ਇਹ ਬਹੁਤ ਵੱਡਾ ਸਵਾਲ ਹੈ। ਪਹਿਲਾਂ ਅੱਜ ਦੀ ਰਿਪੋਰਟ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕਾਂਗਰਸ ਦੇ ਪੱਲੇ ਇੱਕ ਹੋਰ ਜ਼ਬਰਦਸਤ ਹਾਰ ਪਈ ਹੈ। ਦਿੱਲੀ ਚੋਣਾਂ ਦੇ ਵਿੱਚ ਕੁਝ ਸੀਟਾਂ ਜਿੱਤ ਕੇ ਕਾਂਗਰਸ ਆਪਣੇ ਵਰਕਰਾਂ ਦਾ ਮਨੋਬਲ ਵਧਾ ਸਕਦੀ ਸੀ, ਪਰ ਉਲਟਾ ਪਾਰਟੀ ਦੇ ਅੰਦਰ ਮੁੜ ਨਿਰਾਸ਼ਾ ਛਾ ਗਈ ਹੈ। ਬੇਸ਼ੱਕ ਆਮ ਆਦਮੀ ਪਾਰਟੀ ਅੱਗੇ BJP ਕਿਤੇ ਟਿਕ ਨਹੀਂ ਸਕੀ, ਪਰ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਦਾ ਖਾਤਾ ਵੀ ਨਹੀਂ ਖੋਲ੍ਹ ਸਕੀ। ਜਿਸ ਤਰੀਕੇ ਦੇ ਨਾਲ ਨਤੀਜੇ ਆਏ ਨੇ ਉਸ ਮੁਤਾਬਕ ਕਾਂਗਰਸ ਦੇ ਲਈ ਸਭ ਕੁਝ ਸ਼ੁਭ ਨਹੀਂ ਜਾਪ ਰਿਹਾ। ਦੁਪਹਿਰੇ 1 ਵਜੇ ਤੱਕ ਦੇ ਰੁਝਾਨ ਦੇ ਮੁਤਾਬਕ ਕਾਂਗਰਸ ਨੂੰ ਸਿਰਫ 4.5% ਵੋਟਾਂ ਮਿਲੀਆਂ ਸਨ। ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਦਿੱਲੀ ਦੇ ਵਿੱਚ 22% ਵੋਟ ਮਿਲੀ, ਪਰ 15 ਸਾਲ ਤੱਕ ਦਿੱਲੀ ਦੇ ਉੱਤੇ ਰਾਜ ਕਰਨ ਵਾਲੀ ਕਾਂਗਰਸ ਪਾਰਟੀ 215 ਦੇ ਮੁਕਾਬਲੇ 5% ਘੱਟ ਵੋਟ ਹਾਸਲ ਕਰਦੀ ਨਜ਼ਰ ਆ ਰਹੀ ਸੀ ਦੁਪਹਿਰ ਦੇ ਵੇਲੇ। 215 ਦੇ ਵਿੱਚ ਕਾਂਗਰਸ ਨੂੰ 9.5% ਵੋਟ ਮਿਲੇ ਸਨ ਅਤੇ ਐਤਕੀ ਪੂਰੇ 5% ਵੀ ਨਹੀਂ ਮਿਲੇ। ਇਸ ਹਾਲਾਤ ਦੇ ਵਿੱਚ ਕਾਂਗਰਸ ਦੇ ਤਮਾਮ ਵੱਡੇ ਚਿਹਰੇ ਆਪਣੀ ਜ਼ਮਾਨਤ ਬਚਾਉਣ ਦੇ ਲਈ ਸੰਘਰਸ਼ ਕਰਦੇ ਦਿਸੇ ਅਤੇ ਉਹਨਾਂ ਦੀ ਜ਼ਮਾਨਤ ਨਹੀਂ ਬਚੀ। ਕਾਂਗਰਸ ਪੂਰੇ ਦਿਨ ਦੇ ਚੋਣ ਨਤੀਜਿਆਂ ਦੇ ਵਿੱਚ ਜੂਝਦੀ ਹੋਈ ਦਿਖਾਈ ਦਿੱਤੀ। ਇੱਕ ਵੇਲੇ ਇਹ ਲੱਗਦਾ ਸੀ ਕਿ ਹਾਰੂਨ ਯੂਸਫ ਅਤੇ ਅਲਕਾ ਲਾਂਬਾ ਸ਼ਾਇਦ ਚੰਗਾ ਪ੍ਰਦਰਸ਼ਨ ਕਰਨ, ਪਰ ਬਾਅਦ ਦੇ ਵਿੱਚ ਇਹ ਦੋਨੋਂ ਨੇਤਾ ਵੀ ਢੇਰੀ ਹੋ ਗਏ। ਅਲਕਾ ਲਾਂਬਾ ਉਹ ਨੇਤਾ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚੋਂ ਆਈ ਹੈ ਅਤੇ 8 ਤਰੀਕ ਨੂੰ ਜਦ ਵੋਟਾਂ ਪਈਆਂ ਸਨ ਤਾਂ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਦੇ
थप्पड़ मारन की कोशिश दे करके अलका लांबा फिर खबरों के रही। इस खबर के उत्ते टिप्पणी करदे दोस्तों पहली गल तो असं कहांगे दिल्ली दे विच कांग्रेस का इन्ना बुरा हाल होना तो वार वार बुरा हाल होना क्योंकि जदों 2019 दे विच लोक सभा दीआं चोणां होईआं उदों सत्ता दे विचों सत्ते बीजेपी लै गई ना आम आदमी पार्टी नूं कुछ मिलिया ना कांग्रेस नूं कुछ मिलिया। 2015 दीआं विधानसभा चोणां दे विच 17 दे विचों 67 सीटां आम आदमी पार्टी लै गई 3 बीजेपी लै गई ते कांग्रेस दे पल्ले 0। हुण सवाल यह पैदा हुंदा कि 5 वरिआं दे विच कांग्रेस ने इहो जिहा प्रदर्शन भी क्यों नहीं कर सकिया जिदे करके एक सीट तो घट्टो घट मिल जाए। हारना वक्री गल हुंदी है, सन्मानयोग हार होना एक वक्री गल है। तुसी इस वक्त वोटरां दे विच विचरे ही नहीं, तुसी इस वक्त लोगों के रड़के ही नहीं, लोगों ने तुहाडे उत्ते भरोसा किया ही नहीं। बेशक कांग्रेस वार वार यह गल कहती है कि सानू त्याग करना ही चाहिए सी ते असी कीता भी है, समय की लोड़ सी, असी त्याग की गल नू भी कुछ फीसदी मन सकते हैं पर यह 100% सच्चाई नहीं है। आपां जानते हैं कि जिथे जिथे भी हुण तक सूबिआं दे विच सरकारां मिलगोभे नाल बणीआं उत्थे कांग्रेस का बहुता वड्डा योगदान कई थावां दे उत्ते नहीं, पर उत्थे वख-वख पार्टियां ने मिल के सरकार बनाई है। कल्ले तौर दे उत्ते कांग्रेस अज दी तरीक दे विच किते भी जित्तण दे समर्थ दिखाई नहीं दे रही। कल नूं राजनीतिक समीकरण बदल जाण, कल नूं बिल्कुल हालात बदल जाण, इहदे बाबत कुछ कह नहीं सकदे, पर कांग्रेस नूं इस वक्त स्वै चिंतन करन दी लोड़ है। कांग्रेस की लीडरशिप दे उत्ते लोकां नूं भरोसा नहीं रहा। एक वेला उह सी जदों कांग्रेस की बहुत कदर करते लोग, पर एक ये अज वेला वह है जदों पंजाब दे विच कांग्रेस की सरकार नूं 3 वरे तो वध दा समा हो गया, इत्थे लोग संतुष्ट नहीं, बहुते सूबे दे विच कांग्रेस की सरकार नहीं, तो जिहड़े हालात चल रहे हैं आउंदे समें दे विच कांग्रेस दे लई कोई चंगा वेला आउण दी संभावना नहीं। इस करके कांग्रसियां नूं निठ के प्रचार करना पवेगा तो भरोसा बहाल करना पवेगा जिहड़ा कि इस वक्त हर थां दे उत्ते तिड़क चुकिआ। पंजाब दे विच आम आदमी पार्टी की सरकार 2022 दे विच बणू जां नहीं बणू, दिल्ली की जित तो बाद तुरंत यह सवाल शुरू हो गया। दिल्ली दे विच आम आदमी पार्टी का जितना तो इन्ने वड्डे पद्धर के उत्ते जितना तो केजरीवाल के वलों फिरका प्रस्त की जिहड़ी नेरी है उन्हूं एक पासे कर देना तो उन्हां लोकां नूं बिल्कुल सबक सिखा देना जिहड़े लोकां नूं लड़ाउंदे आ, जिहड़े लोकां नूं मरवाउंदे आ, जिहड़े लोक नफरत की गल करदे आ। यह एक बहुत वड्डा संदेश भी गया समुचे देश दे विच, पर पंजाब दे विच की बणू आम आदमी पार्टी का यह हुण सवालों का सवाल है। कि भगवंत मान की अगवाई दे विच पंजाब अगे वधू, यह सवाल है। कि नवजोत सिंह सिद्धू आम आदमी पार्टी दे विच आजू, दूजा सवाल यह है। कि केजरीवाल होरी हलफ लैण तो बाद पंजाब दा रुख करनगे, वह पंजाब दे विच रोड शो करनगे, लोकां नूं लामबंद करन दी कोशिश करनगे, तीजा सवाल यह है। सो आम आदमी पार्टी जिहड़ी कि पंजाब दे विच बिल्कुल ढही हुई है पिछले लंबे समय तो, पार्टी का किडर टुट चुकिया, पार्टी दे विच कलेश है। इस वक्त बेशक खबरां घट आ रही आम आदमी पार्टी पंजाब दे विचों पटाके वालियां, पर अंदर खाते कुछ ना कुछ सुलगदा रहिंदा। कई लोगों का यह भी कहना कि आउंदे समय दे विच शायद है, कुछ पक्के तौर पर नहीं कह सकते कि जो चीमा साहब ने जिहड़े कि विधानसभा दे विच विरोधी धिर दे नेता, इन्हां दी थां दे उत्ते शायद अमन अरोड़ा नूं बिठा दिता जाए, कुर्सी बदल दिती जाए। जेकर यह गल हुंदी है तां इह चौथे नेता होणगे, क्योंकि सब तो पहलां एच एस फूलका नूं कुर्सी मिली सी विरोधी धिर दी, उस तो बाद सुखपाल सिंह खहरा नूं, हुण हरपाल सिंह चीमा नूं। जेकर अमन अरोड़ा जां किसे होर नूं बिठाया जांदा, मतलब यह है कि एक टर्म दे कुछ हिस्से दे विच असीं चौथी वार कुर्सी बदल रहे हां। आउंदे समें दे विच पंजाब दी आम आदमी पार्टी इकाई दा की बणू, यह बहुत वड्डा सवाल है। पर यह गल जरूर है कि दिल्ली दे विच जित दे नाल पंजाब दी आम आदमी पार्टी दे विच जान पै गई है। इन्हां दे हौसले शायद बुलंद हो जाण, पर बोझ बोझ के पैर पटना पवेगा, क्योंकि कोई भी कदम इहो जिहा नहीं होना चाहिए जिहदे करके मुड़ कोई पंगा खड़ा हो जाए। पहला इस रिपोर्ट का वेरवा बाद विच करांगे टिप्पणी। आम आदमी पार्टी की दिल्ली विधानसभा चोणां दे विच लगातार तीजी वार हुई बेमिसाल जित की खुशी में चंडीगढ़ के पार्टी हैडक्वाटर दे विच वड्डी गिणती पार्टी अहुदेदारां ते वलंटियरां ने खुशी जाहर की। पार्टी हैडक्वाटर दे विच पार्टी के सीनियर ते विरोधी धिर दे नेता हरपाल सिंह चीमा ने कहा कि आपने दिल्ली विच इतिहासक जित दर्ज की है, भारत दे विच नवें युग की राजनीति की शुरुआत हुई है। चीमा ने कहा कि देश के लोगों ने भाजपा वालों नफरत की राजनीति को बुरी तरह इनकार दिता है, तो दिल्ली के लोगों ने केजरीवाल का विकास माडल ते कम की राजनीति वोट पा के जित दवाई है। इस दौरान पोलीटिकल रिव्यू कमेटी के चेयरमैन हरचंद सिंह बरसट ने कहा कि आपकी दिल्ली में हुई इतिहासक जित ने देश के फुटपाऊ शक्तियों का मुंह तोड़ उतर दिता है। दिल्ली की जित के नाल हिंदुस्तान की राजनीति के नवा दौर शुरू होया। बरसट ने कहा कि पंजाब दे विच कांग्रसी ते अकाली दल बादल के आगू झूठ बोल के लोगों को गुमराह करते हैं। आने वाले समय के दिल्ली के विकास माडल से अरविंद केजरीवाल दीआं लोक हितू नीतियां इन्हां दा बदल बन गईआं।
ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਹਾਂ। ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ, ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਬਹੁਤ ਵੱਡੀ ਟੱਕਰ ਦੇ ਸਕਦੀ ਹੈ ਜੇਕਰ ਸੋਚ ਸਮਝ ਕੇ ਟੱਕਰ ਦਿੱਤੀ ਜਾਵੇ ਤਾਂ। ਪਰ ਜੇਕਰ ਪਿਛਲੀ ਵਾਰ ਵਾਂਗੂ, ਜਿਵੇਂ ਕਿ ਆਪਾਂ ਜਾਣਦੇ 2017 ਦੇ ਵਿੱਚ ਸਰਕਾਰ ਬਣਦੀ ਬਣਦੀ ਰਹਿ ਗਈ ਆਪਣਿਆਂ ਦੀ ਗਲਤੀ ਦੇ ਕਰਕੇ, ਕਿਉਂਕਿ ਉਸ ਵਕਤ ਮੁੱਖ ਮੰਤਰੀ ਦੇ ਚਿਹਰੇ ਬਹੁਤ ਸੀ ਪੰਜਾਬ ਦੇ ਵਿੱਚ ਅਤੇ ਉਹਨਾਂ ਦੇ ਵੱਲੋਂ ਕਈ ਚੰਗੇ ਨੇਤਾਵਾਂ ਦੇ ਰਾਹ ਨੂੰ ਡੱਕ ਲਿਆ ਗਿਆ। ਪਰ ਐਤਕੀ ਉਹ ਸਾਰਾ ਕੁਝ ਨਾ ਹੋਵੇ ਅਤੇ ਐਤਕੀ ਆਮ ਆਦਮੀ ਪਾਰਟੀ ਤਕੜੀ ਟੱਕਰ ਦੇਵੇ, ਇਹ ਸਮੇਂ ਦੀ ਲੋੜ ਵੀ ਹੈ। ਉਹਦੇ ਪਿੱਛੇ ਕਾਰਨ ਇਹ ਹੈ, ਇਹ ਸਭ ਕੁਝ ਕਹਿਣ ਦੀ ਵਜ੍ਹਾ ਇਹ ਹੈ ਕਿ ਪੰਜਾਬ ਦੇ ਵਿੱਚ ਲੋਕਾਂ ਨੇ ਅਕਾਲੀ ਦਲ ਬਾਦਲ, ਭਾਜਪਾ ਗੱਠਜੋੜ ਅਤੇ ਕਾਂਗਰਸ ਨੂੰ ਵਾਰ ਵਾਰ ਤਜਰਬੇ ਦੇ ਤੌਰ ਦੇ ਉੱਤੇ ਦੇਖਿਆ। ਇਹ ਮੈਂ ਨਹੀਂ ਕਹਿੰਦਾ, ਇਹ ਲੋਕਾਂ ਦੇ ਵੱਡੇ ਹਿੱਸੇ ਦਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਜਿੱਥੇ ਚਾਰ ਬੰਦੇ ਬੈਠਦੇ ਆ ਉਹਨਾਂ ਲੋਕਾਂ ਦਾ ਕਹਿਣਾ। ਸੋ ਇਸ ਕਰਕੇ ਜੇਕਰ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਅਸੀਂ ਆਪਣੇ ਪੈਰ ਪੱਕੇ ਮੁੜ ਕਰੀਏ, ਕਿਉਂਕਿ ਹਾਲੇ ਤੱਕ ਪੈਰ ਪੱਕੇ ਨਹੀਂ ਆ, ਇਹ ਪੈਰ ਇਸ ਵਕਤ ਉਖੜ ਚੁੱਕੇ ਆ, ਜੇਕਰ ਪੈਰ ਪੱਕੇ ਕਰਨ ਦੇ ਚਾਹਵਾਨ ਆ ਤਾਂ ਇਹਨਾਂ ਨੂੰ ਇਹ ਗੱਲ ਜ਼ਰੂਰ ਸੋਚਣੀ ਪਊਗੀ ਕਿ ਹੁਣ ਅਸੀਂ ਅਹੁਦੇਦਾਰੀਆਂ ਅਤੇ ਕੁਰਸੀਆਂ ਦਾ ਖਹਿੜਾ ਛੱਡ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਭਲੇ ਦੀ ਗੱਲ ਕਰੀਏ, ਜਿੱਤਣ ਤੋਂ ਬਾਅਦ ਕੁਰਸੀਆਂ ਦੀ ਗੱਲ ਕਰ ਲੈਣ, ਪਰ ਜਦੋਂ ਪਹਿਲਾਂ ਕਰਨ ਲੱਗ ਪੈਂਦੇ ਆ ਉਦੋਂ ਵਿਰੋਧੀਆਂ ਨੂੰ, ਸ਼ਰੀਕਾਂ ਨੂੰ ਮੁੱਦਾ ਬਣਾਉਣ ਦਾ ਮੌਕਾ ਮਿਲਦਾ ਅਤੇ ਉਹ ਮੁੱਦਾ ਕਈ ਵਾਰ ਇੰਨਾ ਕੁ ਉਲਝ ਜਾਂਦਾ ਜਿਹਦੇ ਕਰਕੇ ਆਮ ਆਦਮੀ ਪਾਰਟੀ ਦੀ ਜੋ ਡੋਰ ਹੈ ਉਹ ਇੰਨੀ ਉਲਝਣ ਦੇ ਵਿੱਚ ਪੈ ਜਾਂਦੀ ਹੈ ਕਿ ਬਾਅਦ ਦੇ ਵਿੱਚ ਸੂਤ ਨਹੀਂ ਆਉਂਦੀ, ਠੀਕ ਨਹੀਂ ਹੁੰਦੀ। ਸੋ ਆਮ ਆਦਮੀ ਪਾਰਟੀ ਨੂੰ ਬੋਚ ਬੋਚ ਕੇ ਹੀ ਭਵਿੱਖ ਦੇ ਵਿੱਚ ਪੰਜਾਬ ਦੇ ਅੰਦਰ ਪੈਰ ਪੁੱਟਣਾ ਪਊਗਾ। ਜੇਕਰ ਉਤਸ਼ਾਹ ਦੇ ਵਿੱਚ, ਊਰਜਾ ਦੇ ਵਿੱਚ ਆ ਕੇ ਗਲਤ ਫੈਸਲੇ ਲੈ ਲਏ ਤਾਂ ਲੈਣੇ ਦੇ ਦੇਣੇ ਪੈ ਸਕਦੇ, ਜਿਵੇਂ ਕਿ ਪੈਂਦੇ ਵੀ ਹੁਣ ਤੱਕ ਰਹੇ ਆ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਆ ਗਿਆ, ਬਹੁਤ ਬਹੁਤ ਮਿਹਰਬਾਨੀ।